ਫਤਿਹਗੜ੍ਹ ਸਾਹਿਬ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਧੁੰਦ ਦੇ ਕਾਰਨ ਹਾਦਸੇ ਹਰ ਰੋਜ਼ ਵਾਪਰ ਰਹੇ ਨੇ ਅਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਵੱਡਾ ਹਾਦਸਾ ਵਾਪਰ ਰਿਹਾ। ਦੱਸ ਦਈਏ ਕਿ ਇੱਕ ਨਹੀਂ ਦੋ ਨਹੀਂ ਬਲਕਿ ਦਰਜਨ ਗੱਡੀਆਂ ਜਿਹੜੀਆਂ ਨੇ ਆਪਸ ਦੇ ਵਿੱਚ ਭਿੜੀਆਂ ਨੇ, ਦਰਜਨ ਦੇ ਕਰੀਬ ਵਾਹਨ ਜਿਹੜੇ ਨੇ ਹਾਦਸੇ ਦਾ ਸ਼ਿਕਾਰ ਹੋਏ ਨੇ। ਵੱਡੀ ਖਬਰ ਦਾ ਜ਼ਿਕਰ ਕਰ ਰਿਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ। ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਕੋਹਰੇ ਦੇ ਕਾਰਨ ਹਰ ਰੋਜ਼ ਧੁੰਦ ਜਿਹੜੀ ਹੈ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਵਾਹਨ ਸਾਹਮਣੇ ਨਹੀਂ ਵੇਖ ਪਾਉਂਦੇ ਅਤੇ ਜਿਸਦੇ ਕਾਰਨ ਇੱਕ ਨਹੀਂ ਦੋ ਨਹੀਂ ਬਲਕਿ ਦਰਜਨ ਗੱਡੀਆਂ ਜਿਹੜੀਆਂ ਨੇ ਆਪਸ ਦੇ ਵਿੱਚ ਭਿੜੀਆਂ ਨੇ। ਤਸਵੀਰਾਂ ਵਿਖਾ ਰਿਹਾ ਤੁਹਾਨੂੰ, ਤਸਵੀਰਾਂ ਵਿਖਾ ਰਿਹਾ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ। ਕਈ ਗੱਡੀਆਂ ਆਪਸ ਦੇ ਵਿੱਚ ਭਿੜੀਆਂ ਨੇ, ਇੱਕ ਦੀ ਮੌਤ ਇੱਥੇ ਦੱਸੀ ਜਾ ਰਹੀ ਹੈ, ਇੱਕ ਜਣੇ ਦੀ ਮੌਤ ਹੋਈ ਹੈ ਔਰ ਕਈ ਲੋਕ ਇੱਥੇ ਜ਼ਖਮੀ ਹੋਏ ਨੇ। ਤਸਵੀਰਾਂ ਵੇਖ ਸਕਦੇ ਹੋ, ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਗੱਡੀਆਂ ਜਿਹੜੀਆਂ ਨੇ ਆਪਸ ਦੇ ਵਿੱਚ ਭਿੜੀਆਂ ਹੋਈਆਂ। ਸ਼੍ਰੀ ਫਤਿਹਗੜ੍ਹ ਸਾਹਿਬ ਇਹ ਹਾਦਸਾ ਵਾਪਰਿਆ। ਇਸ ਤੋਂ ਬਾਅਦ ਦੇਖ ਸਕਦੇ ਹੋ ਕਿੰਨਾ ਵੱਡਾ ਜਾਮ ਇੱਥੇ ਲੱਗਿਆ ਹੋਇਆ। ਵਾਹਨ ਜਿਹੜੇ ਨੇ ਉਹ ਖੜ੍ਹੇ ਨੇ, ਉਡੀਕ ਕਰ ਰਹੇ ਨੇ ਕਿ ਕਦੋਂ ਵਾਰੀ ਨਿਕਲਣ ਦੀ ਆਵੇ। ਜਾਮ ਜਿਹੜਾ ਬਹੁਤ ਵੱਡਾ ਲੱਗਿਆ, ਪਰ ਉੱਥੇ ਹੀ ਸਭ ਤੋਂ ਵੱਡੀ ਸਮੱਸਿਆ ਕਿ ਜਿਹੜਾ ਇਹ ਹਾਦਸਾ ਵਾਪਰਿਆ, ਇੱਕ ਜਣੇ ਦੀ ਇਸਦੇ ਵਿੱਚ ਮੌਤ ਹੋਈ ਹੈ ਔਰ ਬਾਕੀ ਕਈ ਜਣੇ ਇੱਥੇ ਜ਼ਖਮੀ ਦੱਸੇ ਜਾ ਰਹੇ ਨੇ। ਸ਼੍ਰੀ ਫਤਿਹਗੜ੍ਹ ਸਾਹਿਬ ਇਲਾਕਾ ਜਿੱਥੇ ਹਾਦਸਾ ਵਾਪਰਿਆ, ਤਸਵੀਰਾਂ ਵੇਖ ਸਕਦੇ ਹੋ, ਤਸਵੀਰਾਂ ਜਿਹੜੀਆਂ ਨੇ ਕਾਫੀ ਕੁਝ ਬਿਆਨ ਕਰ ਰਹੀਆਂ ਨੇ। ਇਸ ਤਰੀਕੇ ਦੇ ਨਾਲ ਸਾਰਾ ਰੋਡ ਜਾਮ ਹੋ ਗਿਆ, ਧੁੰਦ ਦੇ ਕਾਰਨ ਇਹ ਹਾਦਸਾ ਵਾਪਰਿਆ। ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਕ ਗੱਡੀ ਜਿਹੜੀ ਹੈ, ਸਾਰੇ ਵਾਹਨ ਇੱਥੇ ਨੁਕਸਾਨੇ ਗਏ, ਇੱਕ ਤੋਂ ਬਾਅਦ ਇੱਕ ਗੱਡੀ ਜਿਹੜੀ ਹੈ ਉਹ ਆਪਸ ਦੇ ਵਿੱਚ ਭਿੜਦੀ ਹੋਈ ਨਜ਼ਰ ਆਈ, ਕਿਉਂਕਿ ਨਜ਼ਰ ਨਹੀਂ ਆਉਂਦਾ ਸਾਹਮਣੇ ਜਦੋਂ ਗੱਡੀ ਖੜ੍ਹੀ ਹੁੰਦੀ ਹੈ। ਗੱਡੀ ਆਪਣੀ ਪੂਰੀ ਰਫਤਾਰ ਦੇ ਵਿੱਚ ਆਉਂਦੀ ਹੈ ਤਾਂ ਫਿਰ ਉੱਥੇ ਇੱਕ ਤੋਂ ਬਾਅਦ ਇੱਕ ਗੱਡੀਆਂ ਇੱਕ ਦੂਸਰੇ ਦੇ ਨਾਲ ਭਿੜਦੀਆਂ ਚੱਲੀਆਂ ਗਈਆਂ। ਇਸ ਤਰ੍ਹਾਂ ਇਹ ਹਾਦਸਾ ਵਾਪਰਿਆ, ਅੰਦਾਜ਼ਾ ਲਗਾਇਆ ਜਾ ਸਕਦਾ। ਐਂਬੂਲੈਂਸ ਜਿਹੜੀ ਹੈ ਉਹ ਮੌਕੇ 'ਤੇ ਪਹੁੰਚੀ ਖਾਸ ਤੌਰ 'ਤੇ, ਉਸ ਤੋਂ ਬਾਅਦ ਜਾਮ ਦੇ ਵਿੱਚ ਜਿਹੜੀਆਂ ਐਂਬੂਲੈਂਸਾਂ ਫਸੀਆਂ ਉਹਨਾਂ ਨੂੰ ਵੀ ਕੱਢਿਆ ਗਿਆ ਟਾਈਮ 'ਤੇ। ਪਰੰਤੂ ਲੋਕ ਪਤਾ ਨਹੀਂ ਕਿਉਂ ਆਪਣੇ ਸ਼ਡਿਊਲ ਦੇ ਮੁਤਾਬਕ ਹੀ ਆਪਣੇ ਡੈਸਟੀਨੇਸ਼ਨ 'ਤੇ ਪਹੁੰਚਣਾ ਚਾਹੁੰਦੇ ਨੇ, ਪਰ ਉਹਨਾਂ ਨੂੰ ਇਹ ਵੀ ਆਪਣੀ ਜਾਨ ਮਾਲ ਦਾ ਵੀ ਧਿਆਨ ਰੱਖਣਾ ਚਾਹੀਦਾ। ਇੰਨੀ ਜ਼ਿਆਦਾ ਧੁੰਦ ਦੇ ਵਿੱਚ ਜਦੋਂ ਦੇਖਣ ਦੇ ਵਿੱਚ ਬਹੁਤ ਵੱਡੀ ਰਸਤੇ ਨੂੰ ਪ੍ਰੋਬਲਮ ਆ ਰਹੀ ਹੈ ਤਾਂ ਉਹਨਾਂ ਨੂੰ ਆਪਣੀਆਂ ਮੋਟਰ ਗੱਡੀਆਂ ਜਿਹੜੀਆਂ ਨੇ ਉਹ ਹੌਲੀ ਸਪੀਡ ਦੇ ਵਿੱਚ ਲੈ ਕੇ ਜਾਣੀਆਂ ਚਾਹੀਦੀਆਂ ਨੇ ਅਤੇ ਇਸ ਤਰੀਕੇ ਹਾਦਸੇ ਤੋਂ ਬਚ ਕੇ ਜੋ ਰੋਡ ਦੇ ਉੱਤੇ ਬਲੌਕ ਜਾਮ ਲੱਗਦੇ ਨੇ ਉਹਨਾਂ ਤੋਂ ਬਚਿਆ ਜਾ ਸਕਦਾ ਜੀ। ਸਮਾਂ ਜ਼ਰੂਰ ਜ਼ਿਆਦਾ ਲੱਗ ਸਕਦਾ ਆਪਣੇ ਸਥਾਨ 'ਤੇ ਪਹੁੰਚਣ ਦੇ ਲਈ। ਕਮ ਸੇ ਕਮ 20-25 ਗੱਡੀ ਦਾ ਐਕਸੀਡੈਂਟ ਹੋਇਆ, ਇੱਕ ਬੰਦੇ ਦੀ ਮੌਤ ਹੋ ਗਈ ਹੈ, ਦੋ ਟਰੱਕਾਂ ਦੇ ਵਿਚਾਲੇ ਆ ਕੇ ਬੰਦੇ ਦੀ ਮੌਤ ਹੋ ਗਈ। ਅੱਛਾ, ਫੱਟੜ ਕਿੰਨੇ ਕੁ ਹੋਏ ਨੇ, ਜ਼ਖਮੀ ਕਿੰਨੇ ਹੋਏ ਨੇ? ਜ਼ਖਮੀ ਫਿਲਹਾਲ ਕੋਈ ਨਹੀਂ ਹੈ, ਜ਼ਖਮੀ ਦੀ ਡੈਥ ਹੋਈ ਆ। ਕਿੱਥੇ ਦਾ ਬੰਦਾ ਸੀ ਉਹ? ਬੰਦਾ ਲੁਧਿਆਣੇ ਦਾ, ਦੱਸਦੇ ਆ ਫਿਲਹਾਲ ਤਾਂ ਨਹੀਂ ਹੋਈ ਸ਼ਨਾਖਤ, ਟਰੱਕ ਡਰਾਈਵਰ ਸੀਗਾ, ਟਰੱਕ ਦੇ ਵਿੱਚ ਆ ਕੇ ਉਹਦੀ ਮੌਤ ਹੋ ਗਈ। ਲੁਧਿਆਣੇ ਜਾ ਰਹੇ ਸੀਗੇ, ਮੂਹਰੇ ਟੈਂਕਰ ਪੰਜਾਬ ਦਾ ਪਲਟਿਆ ਹੋਇਆ ਜਿਹਦੇ ਕਰਕੇ ਐਕਸੀਡੈਂਟ ਹੋਇਆ ਹੋਇਆ। ਬੱਸ ਦੇ ਵਿੱਚ ਅਸੀਂ, ਬੱਸ 'ਚ ਰੁਕ ਗਈ ਥੋੜ੍ਹੀ ਦੂਰੀ 'ਤੇ, ਉਸ ਤੋਂ ਬਾਅਦ 7:30 ਦੇ ਕਰੀਬ ਅਸੀਂ ਬੱਸ 'ਤੇ ਉੱਤੇ ਰੁਕੇ ਸੀ। ਉਦੋਂ ਪਿੱਛੇ ਬਹੁਤ ਗੱਡੀਆਂ ਦੇ ਐਕਸੀਡੈਂਟ ਆ, ਬਹੁਤ ਬੁਰਾ ਹਾਲ ਹੈ। ਠੀਕ ਹੈ ਜੀ।